ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੀ ਟ੍ਰਿਪਲ ਐਸ ਬੀ ਬੋਰਡ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਲਰਕਾਂ ਦੀਆਂ 2374 ਪੋਸਟਾਂ ਲਈ ਬਹੁਤ ਵੱਡੀ ਖਬਰਤੀ ਆਈ ਹੈ ਉਸ ਦਾ ਸਿਲੇਬਸ ਕੀ ਹੋ ਸਕਦਾ ਹੈ ਸਾਰਾ ਕੁਝ ਮੈਂ ਇਸ ਵੀਡੀਓ ਵਿੱਚ ਦੱਸੂਗਾ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਾਰੇ ਜਾਣੇ ਅਤੇ ਇੱਕ ਮੈਂ ਤੁਹਾਨੂੰ ਅਰਨਿੰਗ ਐਪਲੀਕੇਸ਼ਨ ਬਾਰੇ ਵੀ ਦੱਸੂਗਾ ਠੀਕ ਹੈ ਜਿਸ ਦੀ ਹੈਲਪ ਨਾਲ ਤੁਸੀਂ ਇੱਕ ਮਹੀਨੇ ਦਾ 20 ਤੋਂ 25000 ਆਸਾਨੀ ਨਾਲ ਅਰਨ ਕਰ ਸਕਦੇ ਹੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਪਹਿਲਾਂ ਮੈਂ ਸਿਲੇਬਸ ਦੱਸੂਗਾ ਕਿ ਸਿਲੇਬਸ ਤੁਹਾਡਾ ਪੀ ਟ੍ਰਿਪਲ ਐਸ ਬੀ ਬੋਰਡ ਦੀਆਂ ਜਿਹੜੀਆਂ ਪੋਸਟਾਂ ਆਈਆਂ ਉਹਨਾਂ ਦਾ ਸਿਲੇਬਸ ਕੀ ਹੋ PDF ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਨਹੀਂ ਦੇਖੀ ਟੈਲੀਗ੍ਰam ਜੁਆਇਨ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਆ ਜਾਂ ਫਿਰ ਸਰਚ ਕਰ ਲਿਓ ਟੈਲੀਗ੍ਰam ਦੇ ਉੱਤੇ ਜੀਕੇ ਫੈਕਟਸ ਚੈਨਲ ਨੂੰ ਠੀਕ ਆ ਆ ਦੇਖ ਲਓ ਟੈਲੀਗ੍ਰam ਦੇ ਉੱਤੇ ਮੈਂ ਇਹ PDF ਪਾਈ ਹੋਈ ਹੈ ਡਿਟੇਲ ਦੇ ਵਿੱਚ ਤੁਸੀਂ ਦੇਖ ਲਿਓ ਆਹ ਜੋ PDF ਪਾਈ ਆ ਇਸ ਦੇ ਵਿੱਚ ਸਿਲੇਬਸ ਨਹੀਂ ਦਿੱਤਾ ਗਿਆ ਪਰ ਤੁਹਾਨੂੰ ਤਿਆਰੀ ਕਰਨੀ ਪੈਣੀ ਸਿਲੇਬਸ ਦੀ ਵੇਟ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੈ ਤੁਹਾਨੂੰ ਪਤਾ ਹੀ ਹੈ ਅਤੇ ਇਸ ਦਾ ਟਾਈਪਿੰਗ ਟੈਸਟ ਵੀ ਆਉਣਾ ਹੈ ਟਾਈਪਿੰਗ ਸਪੀਡ ਤੁਹਾਡੀ ਬਣ ਜੇਗੀ 2 ਮਹੀਨੇ ਦੇ ਵਿੱਚ ਜੇ ਤੁਸੀਂ ਡੇਲੀ ਪ੍ਰੈਕਟਿਸ ਕਰੋਗੇ ਠੀਕ ਹੈ ਉਹ ਮਤਲਬ ਵੱਡੀ ਗੱਲ ਨਹੀਂ ਹੋਏਗੀ 2 ਕ ਮਹੀਨੇ ਦੇ ਵਿੱਚ ਟਾਈਪਿੰਗ ਸਪੀਡ ਬਣ ਜਾਏਗੀ ਸਾਰਿਆਂ ਦੀ ਅਤੇ ਸਭ ਤੋਂ ਪਹਿਲਾਂ ਇਹਦਾ ਹੋਣਾ ਹੈ ਜੋ ਤੁਹਾਡਾ ਰਿਟਰਨ ਐਗਜ਼ਾਮ ਹੋਏਗਾ ਆਫਲਾਈਨ ਠੀਕ ਹੈ ਪੇਪਰ ਹੋਏਗਾ ਤੁਹਾਡਾ MCQਸ ਦੇ ਵਿੱਚ ਹੋਣਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਿਲੇਬਸ ਹੈ ਜਿਹੜਾ ਉਹ ਨਹੀਂ ਆਇਆ ਪਰ ਸਿਲੇਬਸ ਕੀ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਤਿਆਰੀ ਹੁਣੇ ਤੋਂ ਕਰਨੀ ਪੈਣੀ ਸਿਲੇਬਸ ਦੀ ਵੇਟ ਤੁਸੀਂ ਨਹੀਂ ਕਰ ਸਕਦੇ ਜੇ ਤੁਸੀਂ ਇਸ ਪੇਪਰ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਜੇ ਤੁਸੀਂ ਮੈਰਿਟ ਦੇ ਵਿੱਚ ਆਉਣਾ ਚਾਹੁੰਦੇ ਹੋ 2016 ਦੇ ਵਿੱਚ ਜੋ ਸਿਲੇਬਸ ਸੀ ਉਹ ਮੈਂ ਤੁਹਾਨੂੰ ਦਿਖਾਉਂਗਾ ਦੱਸੂਗਾ ਕਿ ਕੀ ਸੀ ਅਤੇ ਹੁਣ ਕੀ ਹੋ ਸਕਦਾ ਸਿਲੇਬਸ ਕੀ ਉਹ ਸੇਮ ਉਹੀ ਸਿਲੇਬਸ ਹੋ ਸਕਦਾ ਜੋ 2016 ਦੇ ਵਿੱਚ ਸੀ ਠੀਕ ਹੈ ਅਤੇ ਹੁਣ ਕੀ ਚੇਂਜ ਹੋ ਸਕਦਾ ਸਿਲੇਬਸ ਦੇ ਵਿੱਚ ਠੀਕ ਹੈ ਸਾਰਾ ਕੁਝ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਦੇਖ ਲਓ 2016 ਦੇ ਵਿੱਚ ਜੋ ਸਿਲੇਬਸ ਸੀ ਨਾ ਪੋਸਟਾਂ ਦਾ 45 ਨੰਬਰ ਦੀ ਜੀਕੇ ਸੀ ਪੰਜਾਬ ਹਿਸਟਰੀ ਐਂਡ ਕਲਚਰ ਦੇ ਕੁਐਸਚਨ ਜਰਨਲ ਨੌਲੇਜ ਐਂਡ ਕਰੰਟ ਅਫੇਅਰ ਨੈਸ਼ਨਲ ਐਂਡ ਇੰਟਰਨੈਸ਼ਨਲ ਠੀਕ ਹੈ ਇਹ ਸਿਲੇਬਸ ਸੀ ਉਸ ਤੋਂ ਬਾਅਦ ਮੈਥ ਐਂਡ ਰੀਜ਼ਨਿੰਗ 15 ਨੰਬਰ ਦੀ ਆਈ ਸੀ ਕੰਪਿਊਟਰ ਬੇਸਿਕ 10 ਨੰਬਰ ਦਾ ਲੈਂਗੁਏਜ ਆਈ ਸੀ ਇਹ 30 ਨੰਬਰ ਦੀ 15 15 ਨੰਬਰ ਦੀ ਪੰਜਾਬੀ ਐਂਡ ਇੰਗਲਿਸ਼ ਪੰਜਾਬੀ ਗ੍ਰਾਮਰ ਵਗੈਰਾ ਠੀਕ ਹੈ ਟੋਟਲ ਪੇਪਰ ਸੀ 100 ਨੰਬਰ ਦਾ ਠੀਕ ਹੈ ਸੋ ਹੁਣ ਅਫੀਸ਼ੀਅਲ ਸਿਲੇਬਸ ਤਾਂ ਨਹੀਂ ਆਇਆ ਪਰ ਆਪਾਂ ਨੂੰ ਤਿਆਰੀ ਕਰਨੀ ਪੈਣੀ ਹੁਣ ਤੁਸੀਂ ਕੀ ਪੜਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਪੰਜਾਬ ਜੀ ਕੇ ਠੀਕ ਹੈ ਪੰਜਾਬ ਜੀ ਕੇ ਪੜ੍ਹਨੀ ਆ ਤੁਸੀਂ ਉਸ ਤੋਂ ਬਾਅਦ ਜਰਨਲ ਨੌਲੇਜ ਅਤੇ ਕਰੰਟ ਅਫੇਅਰਸ ਠੀਕ ਹੈ ਇਹ ਇਹਨਾਂ ਚੀਜ਼ਾਂ ਦੀ ਤਿਆਰੀ ਤੁਸੀਂ ਹੁਣੇ ਤੋਂ ਸ਼ੁਰੂ ਕਰ ਦਿਓ ਅਤੇ ਨਾਲ ਦੀ ਨਾਲ ਮੈਥ ਰੀਜ਼ਨਿੰਗ ਦੀ ਵੀ ਠੀਕ ਹੈ ਬਾਕੀ ਕੰਪਿਊਟਰ ਵੀ ਅਤੇ ਪੰਜਾਬੀ ਗ੍ਰਾਮਰ ਵੀ ਪੜ੍ਹਨਾ ਸ਼ੁਰੂ ਕਰ ਦਿਓ ਤੁਸੀਂ ਕਿਉਂਕਿ ਪੰਜਾਬੀ ਗ੍ਰਾਮਰ ਵੀ ਅੱਜਕੱਲ ਪੇਪਰਾਂ ਦੇ ਵਿੱਚ ਇੰਨੀ ਆਸਾਨ ਨਹੀਂ ਆ ਰਹੀ ਜਿੰਨੀ ਪਹਿਲੇ ਪੇਪਰਾਂ ਵਿੱਚ ਆ ਰਹੀ ਸੀ ਠੀਕ ਹੈ ਪਜਮ ਪੰਜਾਬੀ ਗ੍ਰਾਮਰ ਦੇ ਵਿੱਚ ਵੀ ਤੁਹਾਨੂੰ ਦਿੱਕਤ ਆ ਸਕਦੀ ਹੈ ਸੋ ਇਹ ਸਬਜੈਕਟ ਤੁਸੀਂ ਸਾਰੇ ਪੜ੍ਹਨੇ ਸ਼ੁਰੂ ਕਰ ਦਿਓ ਇਸ ਚੈਨਲ ਦੇ ਉੱਤੇ ਵੀ ਅਸੀਂ ਤਿਆਰੀ ਕਰਵਾਵਾਂਗੇ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਟੈਲੀਗ੍ਰam ਜ਼ਰੂਰ ਜੁਆਇਨ ਕਰ ਲਿਓ ਠੀਕ ਹੈ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਪੇਪਰ ਪੈਟਰਨ ਸੀ 2016 ਦੇ ਵਿੱਚ ਉਹ ਕੀ ਸੀ ਤੁਹਾਡੇ ਸਾਹਮਣੇ ਆ ਇਹ 45 ਨੰਬਰ ਦੀ ਜੀਕੇ ਮੈਥ ਰੀਜ਼ਨਿੰਗ 15 ਨੰਬਰ ਦਾ 10 ਨੰਬਰ ਦਾ ਕੰਪਿਊਟਰ ਲੈਂਗੁਏਜ 30 ਨੰਬਰ ਦੀ ਪੰਜਾਬੀ ਇੰਗਲਿਸ਼ 15 15 ਨੰਬਰ ਦੀ ਠੀਕ ਹੈ ਹੁਣ ਆਪਾਂ ਗੱਲ ਕਰੀਏ ਕਿ ਹੁਣ ਜੋ ਸਿਲੇਬਸ ਹੈ ਉਸ ਦੇ ਵਿੱਚ ਕੀ ਚੇਂਜ ਹੋ ਸਕਦਾ ਹੈ ਤੁਸੀਂ ਪੜ੍ਹਨੇ ਤਾਂ ਇਹ ਸਾਰੇ ਹੀ ਸਬਜੈਕਟ ਹੈ ਪਰ ਸ਼ੁਰੂਆਤ ਤੁਸੀਂ ਪੰਜਾਬ ਜੀਕੇ ਅ ਬਾਕੀ ਜੋ ਸਟੈਟਿਕ ਜੀਕੇ ਆ ਉਸ ਤੋਂ ਕਰ ਸਕਦੇ ਆ ਠੀਕ ਹੈ ਬਾਕੀ ਕਰੰਟ ਅਫੇਅਰਸ ਠੀਕ ਹੈ ਕਿਉਂਕਿ ਇਹ ਤਾਂ ਆਉਣਾ ਹੀ ਆਉਣਾ ਪੇਪਰ ਦੇ ਵਿੱਚ ਬਾਕੀ ਮੈਥ ਰੀਜ਼ਨਿੰਗ ਵੀ ਤੁਸੀਂ ਨਾਲ ਦੀ ਨਾਲ ਕਰਦੇ ਰਹੋ ਕੰਪਿਊਟਰ ਵੀ ਕਰਦੇ ਰਹੋ ਇਸ ਵਾਰ ਜੋ ਮੰਨੂ ਲੱਗਦਾ ਹੈ ਕਿ ਸਿਲੇਬਸ ਵਿੱਚ ਕੀ ਚੇਂਜ ਹੋ ਸਕਦਾ ਹੈ ਕੰਪਿਊਟਰ ਦੇ ਕੁਐਸਚਨ ਬੱਦ ਸਕਦੇ ਆ ਤੁਹਾਡੇ ਪੰਜਾਬੀ ਤੇ ਇੰਗਲਿਸ਼ ਦੇ ਕੁਐਸਚਨ ਇਹ 10 ਨੰਬਰ ਦਾ ਘੱਟ ਸਕਦਾ ਹੈ 20 ਨੰਬਰ ਦੀ ਆ ਸਕਦੀ ਹੈ ਠੀਕ ਹੈ ਕੰਪਿਊਟਰ ਵੀ 20 ਨੰਬਰ ਦਾ ਹੋ ਸਕਦਾ ਹੈ ਇੱਥੋਂ 10 ਨੰਬਰ ਕੱਟ ਕੇ ਠੀਕ ਹੈ ਉਸ ਤੋਂ ਇਲਾਵਾ ਮੈਥ ਰੀਜ਼ਨਿੰਗ 10 10 ਨੰਬਰ ਦੀ ਵੀ ਹੋ ਸਕਦੀ ਹੈ 15 15 ਨੰਬਰ ਦੀ ਵੀ ਹੋ ਸਕਦੀ ਹੈ ਜਾਨੀ ਕਿ 30 ਨੰਬਰ ਦੀ ਹੋ ਸਕਦੀ ਹੈ ਅਤੇ ਇਹ ਨੰਬਰ ਜਿਹੜੀ ਜੀਕੇ ਆ ਪੰਜਾਬ ਜੀਕੇ ਦੇ ਸਟ੍ਰੈਟੇਜੀ ਦੇ ਇਹਦੇ ਨੰਬਰ ਘੱਟ ਸਕਦੇ ਆ ਜਾਂ ਫਿਰ ਠੀਕ ਹੈ ਸੋ ਇਹ ਮੰਨ ਕੇ ਚੱਲੋ ਤੁਹਾਨੂੰ 30 ਤੋਂ 35 ਦੀ ਤਾਂ ਆਏਗੀ ਹੀ ਆਏਗੀ ਪੰਜਾਬ ਜੀ ਕੇ ਤੇ ਸਟੈਟਿਕ ਜੀ ਕੇ ਕਰੰਟ ਅਫੇਅਰ ਸਾਰਾ ਕੁਝ ਮਿਲਾ ਕੇ ਠੀਕ ਹੈ ਜੇ ਇਹਨਾਂ ਚੋਂ ਨੰਬਰ ਘਟ ਕੇ ਇੱਧਰ ਵੀ ਐਡ ਹੋਏ ਮਤਲਬ ਤੁਸੀਂ ਇਸ ਹਿਸਾਬ ਨਾਲ ਆਪਣੀ ਤਿਆਰੀ ਸ਼ੁਰੂ ਕਰ ਦਿਓ ਪੰਜਾਬ ਜੀ ਕੇ ਸਟੈਟਿਕ ਜੀ ਕੇ ਕਰੰਟ ਅਫੇਅਰਸ ਮੈਥ ਰੀਜ਼ਨਿੰਗ ਇਹੀ ਰਹੇਗਾ ਪੇਪਰ ਦਾ ਪੈਟਰਨ ਬਾਕੀ ਇਹਨਾਂ ਦਾ ਜੋ ਨੰਬਰ ਹੈ ਮਤਲਬ ਟੋਟਲ ਕਿੰਨੇ-ਕਿੰਨੇ ਦੀ ਆਏਗੀ ਇਹ ਨਾਲ ਵਿੱਚ ਅੱਗੇ ਪਿੱਛੇ ਹੋ ਸਕਦਾ ਬਾਕੀ ਪੈਟਰਨ ਸੇਮ ਹੀ ਰਹੇਗਾ ਬਾਕੀ ਗੱਲ ਕਰੀਏ ਕਿ ਪੇਪਰ ਕਿੰਨੇ ਨੰਬਰ ਦਾ ਹੋਏਗਾ ਪੇਪਰ ਤੁਹਾਡਾ 100 ਨੰਬਰ ਦਾ ਹੀ ਹੋ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਟਾਈਪਿੰਗ ਟੈਸਟ ਵੀ ਹੈ ਸੋ ਇਸ ਹਿਸਾਬ ਨਾਲ ਤੁਹਾਡਾ 100 ਨੰਬਰ ਦਾ ਹੀ ਪੇਪਰ ਹੋ ਸਕਦਾ 120 ਨੰਬਰ ਦਾ ਪੇਪਰ ਮੇਰੇ ਹਿਸਾਬ ਨਾਲ ਨਹੀਂ ਹੋਏਗਾ ਇਹ ਵਾਲਾ ਠੀਕ ਹੈ ਬਾਕੀ ਜੋ ਮਨ ਨੂੰ ਲੱਗਦਾ ਉਹ ਮੈਂ ਤੁਹਾਨੂੰ ਦੱਸਦਾ ਤੁਸੀਂ ਪਰ ਆਪਣੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦਿਓ ਜੇ ਤੁਸੀਂ ਕਲੀਅਰ ਕਰਨਾ ਚਾਹੁੰਦੇ ਇਸ ਪੇਪਰ ਨੂੰ ਠੀਕ ਹੈ ਬਾਕੀ ਆਹ ਸਿਲੇਬਸ ਵੀ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਦੇ ਦੇ ਦੂੰਗਾ ਜੋ ਪੁਰਾਣਾ ਸੀ ਬਾਕੀ ਪ੍ਰੀਵੀਅਸ ਪੇਪਰ ਵੀ ਮੈਂ ਬਹੁਤ ਛੇਤੀ ਲੈ ਕੇ ਆਉਂਗਾ ਜੋ 2016 ਦੇ ਵਿੱਚ ਹੋਇਆ ਸੀ ਹੁਣ ਮੈਂ ਤੁਹਾਨੂੰ ਇੱਕ arning ਐਪਲੀਕੇਸ਼ਨ ਬਾਰੇ ਦੱਸਦਾ ਹਾਂ ਸਭ ਤੋਂ ਪਹਿਲਾਂ ਮੇਰਾ earning ਪ੍ਰੂਫ ਦੇਖ ਲਓ ਇਹ ਸਿਰਫ 20-25 ਦਿਨ ਦਾ ਏ 222900 ਬਾਕੀ ਪੈਂਡਿੰਗ ਦੇ ਵਿੱਚ ਵੀ ਹੈ ਠੀਕ ਹੈ ਜੋ ਅਕਾਊਂਟ ਨਾਲ ਦੀ ਨਾਲ ਐਕਟਿਵ ਹੋ ਰਹੇ ਆ ਤੁਸੀਂ ਇਸ ਦੇ ਵਿੱਚ earning ਕਿਵੇਂ ਕਰ ਸਕਦੇ ਹੋ ਇਸ ਦੇ ਲਈ ਤੁਹਾਡੇ ਕੋਲ ਤਿੰਨ ਚੀਜ਼ਾਂ ਹੋਣੀਆਂ ਜ਼ਰੂਰੀਆਂ ਬੈਂਕ ਅਕਾਊਂਟ ਪੈਨ ਕਾਰਡ ਤੁਹਾਡਾ ਨੰਬਰ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਜੇ ਤੁਹਾਡੇ ਕੋਲ ਇਹ ਤਿੰਨੋਂ ਚੀਜ਼ਾਂ ਐ ਤਾਂ ਤੁਸੀਂ earning ਕਰ ਸਕਦੇ ਹੋ ਇਹ ਜੋ ਆਫਰ ਹੈ ਇਸ ਦੇ ਵਿੱਚ ਪਰ ਰੈਫਰ ਦਾ ਹੁਣ 1200 ਰੁਪਿਆ ਮਿਲ ਰਿਹਾ ਏ ਫ੍ਰੀ ਦੇ ਵਿੱਚ ਅਕਾਊਂਟ ਓਪਨ ਹੋ ਰਿਹਾ ਕੁਝ ਦਿਨ ਪਹਿਲਾਂ ਇਹਨਾਂ ਨੇ ਚਾਰਜਿਸ ਲੈਣੇ ਸ਼ੁਰੂ ਕਰ ਦਿੱਤੇ ਸੀ ਅਕਾਊਂਟ ਆਫਰ ਦੇ ਅਕਾਊਂਟ ਓਪਨ ਦੇ ਪਰ ਹੁਣ ਫੇਰ ਇਹ ਆਫਰ ਦੁਬਾਰਾ ਆ ਗਿਆ ਫ੍ਰੀ ਦੇ ਵਿੱਚ ਅਕਾਊਂਟ ਓਪਨ ਹੋ ਰਿਹਾ ਏ ਤੁਸੀਂ ਸਾਰੇ ਇਸ ਆਫਰ ਦਾ ਫਾਇਦਾ ਜ਼ਰੂਰ ਉਠਾਓ ਕਿਉਂਕਿ 31 ਅਕਤੂਬਰ ਤੱਕ ਇਹ ਆਫਰ ਵੈਲਿਡ ਹੈ ਅੱਗੇ ਵੀ ਇਹ ਆਫਰ ਚੱਲੇਗਾ ਪਰ ਰੈਫਰ ਦੇ ਇੰਨੇ ਜ਼ਿਆਦਾ ਪੈਸੇ ਤੁਹਾਨੂੰ ਅੱਗੇ ਨਹੀਂ ਮਿਲਣੇ ਹੁਣ ਇਸ ਦੇ ਵਿੱਚ 1200 ਪਰ ਰੈਫਰ ਦਾ ਮਿਲ ਰਿਹਾ ਏ ਠੀਕ ਹੈ ਹੋ ਸਕਦਾ ਕਿ ਉਹ ਘਟ ਕੇ 500 ਹੋ ਜੇ ਜਾਂ 300 ਹੋ ਜੇ ਅੱ ਨਵੰਬਰ ਦੇ ਵਿੱਚ ਸੋ ਅਕਤੂਬਰ ਦੇ ਵਿੱਚ ਜੇ ਤੁਸੀਂ ਅਕਾਊਂਟ ਬਣਾ ਕੇ ਜਿਹੜੇ ਹੁਣ 7-8 ਦਿਨ ਰਹਿ ਗਏ ਇਹਨਾਂ ਵਿੱਚ ਬਧੀਆ ਅਰਨਿੰਗ ਕਰ ਸਕਦੇ ਹੋ ਜੇ ਤੁਸੀਂ ਮੰਨ ਲਓ 10 ਅਕਾਊਂਟ ਆਪਣੇ ਰੈਫਰ ਤੋਂ ਬਣਾਉਂਦੇ ਹੋ ਤਾਂ ਤੁਸੀਂ ਆਸਾਨੀ ਨਾਲ 8000 ਸਿੱਧਾ ਕਮਾ ਸਕਦੇ ਹੋ ਇਸ ਵੀਡੀਓ ਤੋਂ ਤੁਸੀਂ ਕਿਵੇਂ ਅਕਾਊਂਟ ਬਣਾਉਣਾ ਹੈ ਇਸ ਐਪ ਦੇ ਉੱਤੇ ਵੀਡੀਓ ਨੂੰ ਦੇਖ ਲਿਓ ਡਿਸਕ੍ਰਿਪਸ਼ਨ ਵਿੱਚ ਵੀਡੀਓ ਦਾ ਲਿੰਕ ਇੱਕ ਸਪੈਸ਼ਲ ਵੀਡੀਓ ਮੈਂ ਬਣਾਈ ਹੋਈ ਹੈ ਠੀਕ ਹੈ ਬਾਕੀ ਐਪਲੀਕੇਸ਼ਨ ਲਿੰਕ ਤੋਂ ਹੀ ਜੁਆਇਨ ਕਰਿਓ ਜੇ ਲਿੰਕ ਤੋਂ ਜੁਆਇਨ ਕਰੋਗੇ ਤਾਂ ਹੀ ਤੁਹਾਨੂੰ ਫਾਇਦਾ ਹੋਏਗਾ ਠੀਕ ਹੈ ਨਹੀਂ ਤੁਸੀਂ ਇਸ ਆਫਰ ਲਈ ਐਲੀਜੀਬਲ ਨਹੀਂ ਹੋਣਾ ਜੇ ਤੁਸੀਂ ਲਿੰਕ ਤੋਂ ਨਹੀਂ ਜੁਆਇਨ ਕੀਤਾ ਬਾਕੀ ਦੇਖ ਲਓ ਮੈਂ ਇਹ ਟੈਲੀਗ੍ਰਾਮ ਦੇ ਉੱਤੇ ਵੀ ਪਾਇਆ ਹੋਇਆ ਅਰਨਿੰਗ ਪ੍ਰੂਫ ਵੀ ਮੈਂ ਪਾਉਂਦਾ ਰਹਿਣਾ ਸਾਰਾ ਕੁਝ ਮੈਂ ਪਾਇਆ ਹੋਇਆ ਆਹ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਇਸ ਲਿੰਕ ਤੋਂ ਜੁਆਇਨ ਕਰ ਲਿਓ ਠੀਕ ਹੈ ਅਕਾਊਂਟ ਆਪਣਾ ਓਪਨ ਕਰ ਲਿਓ ਠੀਕ ਹੈ ਸੋ ਸਾਰੇ ਜਾਨੀ ਇਸ ਆਫਰ ਦਾ ਫਾਇਦਾ ਜ਼ਰੂਰ ਚੁੱਕੋ ਮੇਰੀ ਅਰਨਿੰਗ ਤੁਸੀਂ ਦੇਖ ਸਕਦੇ ਹੋ ਮੈਂ ਨਾਲ ਦੀ ਨਾਲ ਅਪਡੇਟ ਕਰਦਾ ਰਹਿਣਾ ਠੀਕ ਹੈ ਬਾਕੀ ਜੋ ਸਪੈਸ਼ਲ ਵੀਡੀਓ ਹੈ ਇਹ ਇਸ ਦੇ ਡਿਸਕ੍ਰਿਪਸ਼ਨ ਵਿੱਚ ਵੀ ਇਸ ਐਪ ਦਾ ਲਿੰਕ ਹੈ ਉੱਥੋਂ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਜਾਂ ਜੋ ਮੈਂ ਇਹ ਵੀਡੀਓ ਠੀਕ ਹੈ ਸੋ ਸਾਰੇ ਜਾਨੇ ਇਸ ਆਫਰ ਦਾ ਫਾਇਦਾ ਜਰੂਰ ਉਠਾਇਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ